ਬੀਤੇ ਦਿਨੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਮਨਮੀਤ ਸਿੰਘ ਅਤੇ ਸਰਦਾਰਨੀ ਹਰਿੰਦਰ ਕੌਰ ਪਰਮਾਤਮਾ ਪਾਸੋਂ ਬਖਸ਼ੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਨੌਵੀਂ ਪਾਤਸ਼ਾਹੀ GTB ਨਗਰ ਜਲੰਧਰ ਵਿਖੇ ਪਾਇਆ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਤਿ ਸ਼੍ਰੀ ਅਕਾਲ ਸੋਨਹਾਰ ਸਤਿ ਸ਼੍ਰੀ ਅਕਾਲ।
ਕੇਵਲ ਨਮੋਨਾ ਉਹਨਾਂ ਵਿੱਚ ਸਰਪਾ ਗੁਰਿੰਦਰਪਾਲ ਸਿੰਘ ਜੀ ਆਏ, ਉਹ ਵੀ ਸਰਪਾ ਦੇਣਗੇ। ਉਹ ਦੋ ਮਿੰਟ ਜ਼ਰੂਰ ਆ ਕੇ ਆਪਣੀ ਹਾਜ਼ਰੀ ਦੇਵਾਂਗੇ। ਪਰਿਵਾਰ ਨੂੰ ਕਿੰਨੀ ਲੋੜ ਸੀ, ਮੈਂ ਕਹਿੰਦਾ ਸਭ ਤੋਂ ਜ਼ਿਆਦਾ ਲੋੜ ਪੈਣੀ ਸੀ। ਫਿਰ ਆਪਣੀ ਜਦੋਂ ਮੌਤ ਹੁੰਦੀ ਹੈ, ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਪਰਿਵਾਰ ਦਾ ਹੁੰਦਾ, ਉਹ ਕਦੇ ਵੀ ਪੂਰਾ ਨਹੀਂ ਹੁੰਦਾ। ਇਸ ਲਈ ਭਾਈ ਜਿੰਨੇ ਵਿਸ਼ਵਾਸਾਂ ਦੀ ਪੂੰਜੀ ਗੁਰੂਆਂ ਦੇ ਲਗਾ ਕੇ ਜਾਂਦਾ, ਉਹਨੇ ਹੀ ਭੁੱਖ ਕੇ ਜਾਣਾ ਹੈ। ਸਮੇਂ ਤੇ ਆਉਣ ਤੇ ਬਕੰਚਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ, ਤੁਹਾਡਾ ਧੰਨਵਾਦ ਵੀ ਕਰਦਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਦਵਾ ਦੇਵੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਨਾਨਕ ਸਤਿਗੁਰੂ ਨੇ ਪਾਇਆ, ਇਹ ਮਨ ਮੇਰੇ ਆਤਮ ਸਦਾ ਰਹੁ ਭਰਨਾ ਨੇ, ਹਰ ਨਾਮ ਰੂਪ ਮਨ ਮੇਰੇ ਦੋ ਸਭ ਸਵਾਰਨਾ, ਅੰਮ੍ਰਿਤਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਮਿਲਣ ਸਮਰਾਇ ਨਾ ਚੱਕਰ ਤਕਾਰ, ਨਾਨਕ ਤੇ ਮੁਖ ਜਲੇ ਰਤੀ ਛੁੱਟੀ ਨਾਲ, ਜਨੇ ਨਾਮ ਦਿਆਰਾ ਵੈ ਵਿਸ਼ਕ ਤਕਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਫਤਿਹ। ਸ੍ਰੀ ਭਗਵੰਤ ਜੀ ਸਹਾਇ, ਵਾਹ ਸ੍ਰੀ ਭਗਵੰਤ ਜੀ ਕੇ ਪਾਤਸ਼ਾਹੀ ਦਸਵੇਂ ਬ੍ਰਿਤਾਂ ਭਗਵੰਤ ਜੀ ਸਿਮਰ ਕਾਇ ਬੋਲਾ ਜੀ ਵਾਹਿਗੁਰੂ। ਪ੍ਰਤ ਮੈਂ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਬਤ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਨ ਕਾ ਸੰਤਾ ਸਭ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤਾ, ਦੇਵ ਤਿਗ ਫਤਿਹ ਬਤਵੈਦ ਪੰਥ ਕੇ ਦੇਵ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾ ਦੇ ਬੋਲੋ ਜੀ ਵਾਹਿਗੁਰੂ। ਦਰ ਪ੍ਰਵਾਨ ਕਰਨਾ ਜਿਹਨਾਂ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਇਹ ਲੰਗਰ ਤਿਆਰ ਹੋਏ ਹਨ, ਸਹੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਸਿੱਖ ਪਰਿਵਾਰ ਨੂੰ ਗੁਰਤ ਕਮਾਈਆਂ ਵਿੱਚ ਵਾਧੇ, ਕਾਰੋਬਾਰੀਆਂ ਦੀਆਂ ਬੁਲੰਦੀਆਂ ਤਰੱਕੀਆਂ ਕੋਸ਼ਿਸ਼ ਕਰਕੇ ਨਿਹਾਲ ਕਰਨਾ। ਗਰੀਬ ਰਾਜ ਪਿਤਾ ਜੀਓ ਇਸ ਸੁਲਤਾਨ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੀ ਅਰਦਾਸ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ, ਪ੍ਰਾਣ ਪ੍ਰਸ਼ਾਦ ਦੀ ਦੀਦ ਹਾਜ਼ਰ ਹੈ, ਤਾਂ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼, ਸੰਤ ਹੋਵੇ ਨਾਮ ਚਿਤਿਆ ਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦ ਹੋਵਾ, ਨਾਨਕ ਨਾਮ ਚੜ੍ਹਦੀ ਕਲਾ ਖਾਲਸਾ ਵਾਹਿਗੁਰੂ ਜੀ ਫਤਿਹ। ਬੋਲੇ ਸਤਿ ਸ਼੍ਰੀ ਅਕਾਲ।
Oh,
चरण है कार्य करे है।
I'm the one who's got to make it through.
Yeah.
ਬਹੁਤ
ਵਧੀਆ ਆਪਣੇ ਬੱਚਿਆਂ ਵਾਸਤੇ ਸਕੀਮਾਂ ਬਣਾਈਆਂ ਹੋਈਆਂ ਸਨ, ਉਹਨਾਂ ਨੂੰ ਉਹਨਾਂ ਦੇ ਫਿਊਚਰ ਵਾਸਤੇ ਵਿਦੇਸ਼ਾਂ ਦੇ ਵਿੱਚ ਭੇਜਿਆ ਹੋਇਆ ਸੀ। ਬੱਚਿਆਂ ਬੇਟੀ ਕਨੇਡਾ ਪੜ੍ਹਨ ਵਾਸਤੇ ਗਈ ਹੋਈ ਸੀ, ਬੇਟਾ ਚਾਈਨਾ ਗਿਆ ਹੋਇਆ ਸੀ, MBBS ਡਾਕਟਰੀ ਕਰ ਰਿਹਾ ਸੀ। ਇੱਕ ਬੇਟੀ ਬੜੇ ਅੱਛੇ ਘਰਾਣੇ ਦੇ ਵਿੱਚ ਚੰਡੀਗੜ੍ਹ ਵਿਆਹੀ ਹੋਈ ਸੀ, ਮਰਨ ਕਾਲ ਦੇ ਦੌਰਾਨ ਪਤਾ ਨਹੀਂ ਕੀ ਭੁੱਲ ਹੋ ਗਈ ਕਿ ਉਸ ਵੇਲੇ ਉਸ ਵਕਤ ਕੋਈ ਵੀ ਫੋਨ ਨਹੀਂ ਸੀ, ਅਤੇ ਬਹੁਤ ਹੀ ਜਿੰਨੀ ਵੀ ਜਲਦੀ ਹੋ ਸਕਿਆ ਜਲੰਧਰ ਤੋਂ ਲੁਧਿਆਣੇ ਤੋਂ ਸੈਂਕੜੇ ਬੰਦੇ ਉੱਥੇ ਪਹੁੰਚ ਗਏ। ਮੈਂ ਕੀ ਦੱਸਾਂ ਕਿ ਜੋ ਮਨਮੀਤ ਸਿੰਘ ਉਹਨਾਂ ਨੇ ਆਪਣੇ ਪਰਿਵਾਰ ਦੇ ਬਾਰੇ ਕੀਤਾ, ਉਹ ਇੱਕ ਪਟਪਟੀਆ ਪਰਿਵਾਰ ਦੇ ਇੱਕ ਪਿੱਲਰ ਸਨ, ਸਾਰਾ ਪਰਿਵਾਰ ਉਹਨਾਂ ਦੇ ਕਹਿਣੇ ਦੇ ਵਿੱਚ ਸੀ, ਸਾਰਾ ਪਰਿਵਾਰ ਉਹਨਾਂ ਦੇ ਛਤਰ ਛਾਇਆ ਹੇਠ ਸਾਰੇ ਕੰਮ ਕਰਦੇ ਸਨ। ਦੁੱਖ ਇਸ ਗੱਲ ਦਾ ਕਿ ਉਹ ਬੇਵਕਤ ਚਲੇ ਗਏ, ਉਹਨਾਂ ਦੇ ਬਜ਼ੁਰਗ ਪਟਵਟੀਆ ਸਾਹਿਬ ਅਤੇ ਉਹਨਾਂ ਦੇ ਫਾਦਰ ਲਾ ਇੰਨੇ ਬਜ਼ੁਰਗ 85 ਸਾਲ ਦੀ ਉਮਰ ਦੇ ਵਿੱਚ ਆਪਣੇ ਬੇਟੇ ਦੀ, ਆਪਣੀ ਨੂੰਹ ਦੀ, ਆਪਣੀ ਧੀ ਦੇ ਜਨਾਜ਼ੇ ਦਾ ਆਪਣੇ ਮੋਢੇ ਉੱਤੇ ਭਾਰ ਪੈਣਾ ਸਾਸਨ ਬਹੁਤ ਔਖਾ। ਯਾਦ ਆਉਂਦਾ ਕਿ ਉਸ ਵਕਤ ਬੱਚਿਆਂ ਦੇ ਮਾਮਾ ਜੀ ਸਰਦਾਰ ਗੁਰਪ੍ਰੀਤ ਸਿੰਘ ਲੁਧਿਆਣੇ ਤੋਂ ਚੱਲ ਕੇ ਉਹਨਾਂ ਦੇ ਨਾਲ ਕਈ ਸਾਥੀ ਸਾਰਾ ਕੰਮ ਉਹਨਾਂ ਨੇ ਆਪ ਉੱਥੇ ਪਟਵਾਰੇ ਸੰਭਾਲਿਆ। ਇੰਨਾ ਵੱਡਾ ਦੁੱਖ ਜੋ ਅਸਹਿ ਹੈ, ਇਹ ਘਾਟਾ ਪੂਰਾ ਹੋਣ ਵਾਲਾ ਨਹੀਂ। ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਗਾਬਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਇੱਥੇ ਆ ਕੇ ਆਪਣਾ ਦੋ ਵਿਚਾਰ ਰੱਖਣ। ਗਾਬਾ ਸਾਹਿਬ ਭੂਸ਼ਣ ਜੀ ਮੰਤਰੀ ਪੰਜਾਬ ਸਰਕਾਰ, ਉਹ ਵੀ ਉਹਨਾਂ ਦੇ ਭਾਈ ਸਾਹਿਬ ਆਏ ਨਰਿੰਦਰ ਜੀ, ਦੋ ਮਿੰਟ ਵਾਸਤੇ ਉਹ ਸਟੇਜ 'ਤੇ ਸੰਗਤਾਂ ਦੇ ਦਰਸ਼ਨ ਕਰਨਗੇ। ਸਾਫ ਸੁਥਰੇ ਜੀ, ਇਸ ਦੁੱਖ ਦੀ ਘੜੀ ਦੇ ਵਿੱਚ ਗੁਰੂ ਸਾਹਿਬ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਏਡੀ ਵੱਡੀ ਸਤਿਗੁਰਾਂ ਨੇ ਪ੍ਰੀਖਿਆ ਲਈ ਹੈ, ਕੋਈ ਲਫ਼ਜ਼ ਸੁਝਦੇ ਨਹੀਂ, ਕੀ ਕਹਿ ਕੇ ਪਰਿਵਾਰ ਨੂੰ ਮਸਲਾ ਦੇਵੋ। ਬੇਵਕਤੇ ਭੈਣ ਮੋਈ ਦਾ ਜਾਣਾ, ਭਾਜੀ ਹੋਣੀ ਦਾ ਕਿੰਨੇ ਦਰਦਨਾਕ ਹਾਦਸੇ 'ਚ ਜਾਣਾ, ਇਹ ਸਮਝ ਨਹੀਂ ਆਉਂਦਾ ਵੀ ਕੀ ਲਫ਼ਜ਼ ਕਹੀਏ ਅਤੇ ਕੀ ਹੌਸਲਾ ਦੇ। ਸਿਰਫ ਸਤਿਗੁਰਾਂ ਅੱਗੇ ਇੰਨੀ ਬੇਨਤੀ ਕਰਨ ਆਏ ਹਾਂ ਸੰਗਤ ਜੀ, ਹੋ ਸਕਦਾ ਸਾਡੀ ਆਵਾਜ਼ ਕਿਤੇ ਕਮਜ਼ੋਰ ਰਹਿ ਜਾਏ, ਸਾਡੀ ਅਰਦਾਸ ਕਿਤੇ ਕਮਜ਼ੋਰ ਰਹਿ ਜਾਏ। ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਇਸ ਦੁੱਖ ਦੀ ਘੜੀ 'ਚ ਐਸੀ ਅਸੀਸ, ਐਸੀ ਅਰਦਾਸ ਸਤਿਗੁਰਾਂ ਅੱਗੇ ਕਰੀਏ ਵੀ ਸਾਰਾ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਉੱਭਰ ਸਕੇ, ਹੌਸਲਾ ਕਰੇ। ਕੀ ਕਰੀਏ, ਅਸੀਂ ਸੱਚੇ ਪਾਤਸ਼ਾਹ ਨੂੰ ਕੋਈ ਅਲਾਂਭਾ ਵੀ ਨਹੀਂ ਦੇ ਸਕਦਾ। ਉਹ ਸਾਰੀ ਜੋ ਘਾਲਣਾ ਆਪਣੇ ਪਰਿਵਾਰ 'ਚ ਉਹ ਕਰਕੇ ਗਏ ਨੇ, ਜੋ ਜਰਾਪਲਾ ਉਹ ਸਿੱਟ ਕੇ ਕਰੇ ਇਸ ਦੁਨੀਆਂ 'ਤੇ ਸਾਨੂੰ ਕੱਟ ਕੇ ਗਏ, ਦੱਸ ਕੇ ਗਏ ਨੇ, ਅਸੀਂ ਉਹਨਾਂ ਅੱਗੇ ਤਾਂ ਲਾਂਭਾ ਵੀ ਨਹੀਂ ਦੇ ਸਕਦੇ। ਸਿਰਫ ਇੰਨੀ ਬੇਨਤੀ ਜੋਂਦਰੀ ਹੈ ਵੀ ਸੱਚੇ ਪਾਤਸ਼ਾਹ ਇੰਨੇ ਸਖ਼ਤ ਇਮਤਿਹਾਨ ਨਾਲ ਸਾਡੇ ਕੋਲ ਲਿਆ ਕਰ, ਤੇਰੇ ਬੱਚੇ ਬੜੀ ਕਮਜ਼ੋਰ ਨੇ, ਇੱਦਾਂ ਦੇ ਚੱਕੇ ਇੱਦਾਂ ਦੀਆਂ ਪ੍ਰੀਖਿਆਵਾਂ ਨਾਲ ਸਾਡੇ ਕੋਲ ਲਿਆ ਕਰ, ਆਪਣੇ ਚਰਨਾਂ ਨਾਲ ਲਾਈ ਰੱਖਿਆ ਕਰ, ਜ਼ਿੰਦਗੀ 'ਚ ਹੋਰ ਉਤਾਰ ਚੜਾਅ ਦੀ ਪ੍ਰੀਖਿਆ ਲੈ ਲਿਆ ਕਰ, ਅਤੇ ਜਿਹੜਾ ਜਾਨੀ ਨੁਕਸਾਨ ਹੈ ਇਹਦਾ ਘਾਟਾ ਪੂਰਾ ਨਹੀਂ ਹੋ ਸਕਦਾ। ਕਿਵੇਂ ਕਹੀਏ ਬੱਚਿਆਂ ਨੂੰ ਵੀ ਮਾਂ ਬਾਪ ਦੀ ਜਗ੍ਹਾ ਤੁਹਾਡੀ ਪੂਰੀ ਹੋ ਜਾਓ, ਕਿਵੇਂ ਭਾਵ ਹੋਣੀ ਨੂੰ ਹੌਸਲਾ ਦਈਏ, ਕਿਵੇਂ ਬਜ਼ੁਰਗਾਂ ਨੂੰ ਕਹੀਏ ਵੀ ਤੁਸੀਂ ਇੰਜ ਕਰੋ ਇੰਜ ਹੌਸਲਾ ਹੋ ਜਾਏਗਾ, ਕਿੱਦਾਂ ਕਰੀਏ
ਸੱਚੇ ਪਾਤਸ਼ਾਹ ਕਿ ਤੇਰੀ ਨਿਗਾਹ ਸੰਬੰਧੀ ਹੋਈ ਤੇ ਹੌਸਲਾ ਹੋ ਸਕਦਾ ਹੈ, ਤੇ ਤੁਹਾਡੀ ਨਜ਼ਰ ਸੰਬੰਧੀ ਹੋਈ ਤੇ ਕਿਰਪਾ ਹੋ ਸਕਦੀ ਹੈ ਤਾਂ ਜੋ ਇਹ ਸਾਕਰ ਬਰਦਾਸ਼ਤ ਕਰ ਸਕੀਏ। ਬੜੀ ਬੁਰੀ ਜਦੋਂ ਚੱਲ ਕੇ ਆਏ ਨੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਪੰਜਾਬ ਸਰਕਾਰ ਲੁਧਿਆਣੇ ਦੇ ਮੇਅਰ ਸਰਦਾਰ ਗੁਰਦਾਸ ਸਿੰਘ ਵੱਲੋਂ ਸਾਰੇ ਹੀ ਖੜ੍ਹੇ ਹਾਂ ਤੁਹਾਡੇ ਪਰਿਵਾਰ ਦੇ ਨਾਲ, ਝੋਲੀ ਕੱਢ ਕੇ ਸਤਿਗੁਰਾਂ ਅੱਗੇ ਅਰਦਾਸ ਕਰਦੇ ਹਾਂ, ਮੰਗਦੇ ਹਾਂ ਸੱਚੇ ਪਾਤਸ਼ਾਹ ਇਹ ਵੀ ਪ੍ਰੀਖਿਆ 'ਚ ਸਾਨੂੰ ਪਾਸ ਕਰੀ ਤਾਂ ਜੋ ਅਸੀਂ ਆਪਣੇ ਪਰਿਵਾਰ ਨਾਲ ਹੌਸਲੇ ਦੇ ਵੱਧ ਸਕੀਏ। ਸਾਰੀ ਸੰਗਤ ਅੱਗੇ ਫਿਰ ਅਰਦਾਸ ਬੇਨਤੀ ਵੀ ਐਸੀ ਅਰਦਾਸ ਸੱਚੇ ਪਾਤਸ਼ਾਹ ਨੂੰ ਕਰਿਓ ਕਿ ਇਹ ਪਰਿਵਾਰ ਦੇ ਮਨ ਨੂੰ ਠੰਡ ਪੈ ਸਕੇ। ਬੜਾ ਵੱਡਾ ਘਾਟਾ, ਬੜਾ ਵੱਡਾ ਨੁਕਸਾਨ ਨਾ ਪੂਰਾ ਹੋਣ ਵਾਲਾ, ਪਰ ਸਤਿਗੁਰੂ ਇਸ ਮੁਸੀਬਤ 'ਚੋਂ ਇਸ ਸਮੁੰਦਰ 'ਚੋਂ ਵੀ ਸਾਨੂੰ ਕੱਢਣਗੇ। ਸਾਰਿਆਂ ਅੱਗੇ ਬੇਨਤੀ ਬਾਤ, ਜਿਹੜੇ ਗੁਰੂ ਚੱਲ ਕੇ ਆਏ ਨੇ ਮਿੱਤਰ ਦੋਸਤ ਰਿਸ਼ਤੇਦਾਰ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਹੈ ਵੀ ਇਸ ਦੁੱਖ ਦੀ ਘੜੀ 'ਚ ਸਾਰੇ ਪਰਿਵਾਰ ਨਾਲ ਖੜੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਉਹਨਾਂ ਦਾ ਬਾਕੀ ਜਿਹੜੇ ਵੀਰਾਂ ਘਰਾਂ ਦੇ ਨਾਂ ਲੈ ਜਾਂਦੇ ਮੈਂ ਉਹਨਾਂ ਕੋਲ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਹਾਂ ਕਿ ਬਹੁਤ ਸੰਗਤ ਹੈ ਸਾਰਿਆਂ ਦੇ ਨਾਂ ਨਹੀਂ ਲੈ ਜਾ ਸਕਦੇ। ਵਿਜੇ ਸਾਂਪਲਾ ਜੀ ਕੇਂਦਰੀ ਮੰਤਰੀ ਵੱਲੋਂ ਅਮਿਤ ਜਵਾਨ ਜੀ ਅਰੋੜਾ ਸਾਹਿਬ ਆਏ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਕੁਝ ਪਰਿਵਾਰ ਨਾਲ ਹਮਦਰਦੀ ਦੇ ਮਤੇ ਆਏ ਹਨ, ਨਾਗਪਾਲ ਸਪੋਰਟਰ ਬਿੱਟੂ ਨਾਗਪਾਲ ਜੀ ਅਤੇ ਡੀ ਸੀ ਨਾਗਪਾਲ ਜੀ ਦੁਆਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇੱਕ ਮਤਾ ਆਇਆ ਬਾਬਾ ਯੂਨੀਅਨ ਲੁਧਿਆਣਾ ਵੱਲੋਂ, ਉਹਨਾਂ ਦੇ ਪ੍ਰਧਾਨ ਬਾਬੂ ਸੁਖਬੀਰ ਸਿੰਘ ਜੀ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ਿਵ ਸੈਨਾ ਚੇਅਰਮੈਨ ਪੰਜਾਬ ਸ਼ਿਵ ਸੈਨਾ ਰਾਜੀਵ ਕੰਗੜ ਜੀ ਆਏ ਹਨ ਮਤਾ ਲੈ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ। ਇੱਕ ਮਤਾ ਹਰਕਿਸ਼ਨ ਸਿੰਘ ਬਾਬਾ ਜੀ ਸਾਬਕਾ ਮੁਖਮੰਤਰੀ ਉਹਨਾਂ ਦੇ ਸਾਥੀ ਲੈ ਕੇ ਆਏ ਨੇ ਪਰਿਵਾਰ ਨਾਲ ਹਮਦਰਦੀ ਦਾ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ। ਇੱਕ ਸ਼ੋਕ ਮਤਾ ਡਾਕਟਰ ਹਰਜੋਤ ਅਮਲ ਐਮ ਐਲ ਏ ਮੋਗਾ, ਉਹ ਵੀ ਆਏ ਹਨ ਪਰਿਵਾਰ ਨਾਲ ਹਮਦਰਦੀ ਦਾ ਮਤਾ ਲੈ ਕੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ। ਸਾਡੇ ਸ਼ਹਿਰ ਦੇ ਸਾਬਕਾ ਐਮ ਐਲ ਏ ਸਰਬਜੀਤ ਸਿੰਘ ਮੱਕੜ ਜੀ, ਉਹਨਾਂ ਵੱਲੋਂ ਵੀ ਪਰਿਵਾਰ ਨਾਲ ਹਮਦਰਦੀ ਦਾ ਮਤਾ ਭੇਜਿਆ ਗਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤਜਿੰਦਰ ਸਿੰਘ ਬਿੱਟੂ ਚੇਅਰਮੈਨ ਸਾਹਿਬ, ਉਹਨਾਂ ਦਾ ਫੋਨ ਵੀ ਆਇਆ ਮੈਨੂੰ, ਸਾਬਕਾ ਚੇਅਰਮੈਨ, ਉਹਨਾਂ ਦੇ ਮਿਸਜ ਵੀ ਆਏ ਨੇ, ਉਹਨਾਂ ਨੇ ਕਿਹਾ ਮੇਰੀ ਹਾਜ਼ਰੀ ਲਵਾ ਦੇਣੀ ਕਿਉਂਕਿ ਮੈਂ ਬਾਹਰ ਹਾਂ, ਮਜਬੂਰੀ 'ਚ ਮੈਂ ਨਹੀਂ ਆ ਸਕਿਆ। ਬਲਵੰਤ ਸਿੰਘ ਰਾਮੂ ਆ ਗਿਆ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਮਤਾ ਲੈ ਕੇ ਆਇਆ, ਸਰਦਾਰ ਗੁਰਲੋਚਨ ਸਿੰਘ ਸਰਪੰਚ ਲਲਕੋਂਗੜ ਤੋਂ, ਅਸ਼ੋਕ ਮੱਕੜ ਜੀ ਚੇਅਰਮੈਨ ਗੌਰਮੈਂਟ ਇੰਸਟੀਚਿਊਟ ਆਫ ਟੈਕਸਟਾਈਲ, ਉਹ ਵੀ ਆਏ ਨੇ, ਉਹਨਾਂ ਵੱਲੋਂ ਵੀ ਮਤਾ ਆਇਆ ਹੈ। ਪਰਮਜੀਤ ਸਿੰਘ ਜੀ ਮੰਮਾ ਜੀ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਲੁਧਿਆਣੇ ਤੋਂ ਵੀ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਕੁਝ ਸਾਡੇ ਸ਼ਹਿਰ ਦੀ ਮਹਾਨ ਹਸਤੀ ਅਮਰਜੀਤ ਸਿੰਘ ਜੀ ਸਮਰਾ, ਸਾਬਕਾ ਮੰਤਰੀ ਚੇਅਰਮੈਨ, ਹੁਣ ਅੱਜ ਕੱਲ੍ਹ ਮਾਰਕਫੈਡ ਦੇ ਚੇਅਰਮੈਨ ਹਨ, ਉਹ ਵੀ ਆਏ ਹਨ, ਉਹਨਾਂ ਦਾ ਵੀ ਪਰਿਵਾਰ ਲੋਕ ਧੰਨਵਾਦ ਹੈ, ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਏ ਹਨ। ਬਹੁਤ ਸਾਰੀਆਂ ਸਿੱਖ ਸਭਾਵਾਂ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਬਹੁਤ ਸਾਰੇ ਵੀਰ ਆਏ ਹਨ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੋ ਆਏ ਨੇ। ਮੈਂ ਬੇਨਤੀ ਕਰਾਂਗਾ ਪ੍ਰਤਪਾਲ ਸਿੰਘ ਜੀ ਜੋ ਗੁਰੂ ਨਿਵਾਰਨ ਗੁਰਦੁਆਰਾ ਸਾਹਿਬ ਲੁਧਿਆਣਾ ਦੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਵਾਸਤੇ ਉਹ ਸਟੇਜ 'ਤੇ ਆਪਣੀ ਹਾਜ਼ਰੀ ਲਵਾ ਦੇਣ। ਪਾਵਨ ਹੋਰ ਸ਼ਾਸਕ ਜੀ ਗੁਰੂ ਬਖਸ਼ਿਸ਼ ਪ੍ਰਵਾਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਅੱਗੇ ਸਤਿਕਾਰ ਯੋਗ ਭੈਣ ਅਤੇ ਜੀਜਾ ਜੀ ਮਨਵੀਰ ਸਿੰਘ ਜੀ ਅਤੇ ਭੈਣ ਹਰਵਿੰਦਰ ਕੌਰ ਜੀ ਜੋ ਪਿਛਲੇ ਸ਼੍ਰੀ ਅਕਾਲ ਚਲਾਣ ਕਰ ਗਏ ਸਨ,
ਉਹਨਾਂ ਦੀ ਅੰਤਮ ਅਰਦਾਸ ਲਈ ਆਪਾਂ ਸਾਰੇ ਦੇਹੋ ਸੱਜਣ ਸੀਸਰੀਆਂ ਜੋ ਹੋਵੇ ਸਾਹਿਬ ਸੁਣੇ ਆਪਾਂ ਸਾਰਿਆਂ ਨੇ ਸੰਤੀ ਰੂਪ ਵਿੱਚ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਜੋਦੜੀ ਕਰਨੀ ਹੈ ਉਸ ਭੈਣ ਕੋਲੋਂ ਸੀਜਾ ਜੀ ਕੋਲੋਂ ਉਸ ਪਰਿਵਾਰ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਆਪਣਾ ਨਾਚ ਕਰਨਾ ਸਦੀਵੀ ਕਾਲ ਹੀ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਮੁੱਚੇ ਭਾਂ ਸ਼ਾਹੀ ਪਰਿਵਾਰ ਦੇ ਔਰ ਪਟਪੜੀਆ ਪਰਿਵਾਰ ਦੇ ਸਮੁੱਚੇ ਬੱਚਿਆਂ ਨੂੰ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਲੈ ਕੇ ਸਤਿਗੁਰ ਦਾ ਭਾਣੇ ਵਿੱਚ ਮੰਨਣ ਦਾ ਬਲ ਬਖਸ਼ਣਾ ਔਰ ਸਮੁੱਚੀ ਸੰਗਤ ਵੱਲੋਂ ਸਮੁੱਚੀ ਸੰਗਤ ਦਾ ਸ਼ਾਹੀ ਪਰਿਵਾਰ ਸਾਹਿਬ ਸੁਨਹਿਰੇ ਸਤਿ ਸੰਸਕਾਰਯੋਗ ਡੀ ਐਸ ਪੀ ਅਤੇ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਔਰ ਇੱਥੋਂ ਦੇ ਸਮੁੱਚੇ ਹੀ ਕਟਪੜੀਆ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਇਕੱਠੇ ਹੋ ਕੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨ ਲਈ ਆਇਓ। ਸਮੁੱਚਾ ਪਰਿਵਾਰ ਤੁਹਾਡਾ ਰੇਣੀ ਦੇ ਧੰਨਵਾਦੀ ਹੈ। ਜਿਸ ਕਾਪਰ ਨਾ ਹੀ ਕਰਾ ਕੰਮੋ ਕੀ ਜੇ ਸਤਮਚਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਬੀਰ ਸਿੰਘ ਬਾਦਲ ਤੋਂ ਪਰਮਜੀਤ ਸਿੰਘ ਰਾਜਪੁਰ ਜੀ ਇਸੇ ਪਿਆਰ ਤੋਂ ਜੀ ਕੋਈ ਨਾ ਆਏ ਨੇ ਪਰਿਵਾਰ ਨੂੰ ਧਰਤੀ ਪਰ ਵਾਸਤੇ ਉਹਨਾਂ ਦਾ ਬਹੁਤ ਧੰਨਵਾਦ ਹੈ। ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਤਿਗੁਰੂ ਸਿੰਘ ਸਭਾ ਅਤੇ ਗੁਰੂ ਨਾਨਕ ਮਿਸ਼ਨ ਹੋਸਪਿਟਲ ਉੱਤੋਂ ਦੀ ਪ੍ਰਬੰਧਕ ਵਿਅਕਤੀ ਪ੍ਰਧਾਨ ਸਲਾਹ ਗੁਰਬਖਸ਼ ਸਿੰਘ ਜਨੇਜਾ ਜੀ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਆਇਆ। ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਜੀ ਦੇ ਬੇਟੇ ਨੂੰ ਉਹ ਸਟੇਜ 'ਤੇ ਮੱਥਾ ਟੇਕ ਕੇ ਆਉਣ। ਉਹਨਾਂ ਵੱਲੋਂ ਕੁਝ ਦਸਤਾਰਾਂ ਆਈਆਂ ਨੇ ਉਹਨਾਂ ਦੇਣੀਆਂ ਨੇ। ਇੱਕ ਤਾਂ ਗੁਰੂ ਨਾਨਕ ਸਿੰਘ ਵੱਲੋਂ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਉਣ ਉਹਨਾਂ ਨੂੰ ਦਸਤਾਰ ਬੇਟੇ ਨੂੰ ਭੇਟ ਕਰਨ। ਬੇਨਤੀ ਕਰਾਂਗਾ ਸਰਦਾਰ ਕਮਲਜੀਤ ਸਿੰਘ ਜੀ ਬਰਾਏ ਸਾਹਿਬ ਸਰਦਾਰ ਕਮਲਜੀਤ ਸਿੰਘ ਆਇਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਦਸਤਾਰ ਭੇਟ ਕਰਦੇ ਹੈ। ਮੈਂ ਆਪਣੇ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਪਟਪੜੀਆ ਜੋ ਕਿ ਸਾਡੇ ਵੱਲੋਂ ਅਸੀਂ ਬਾਬਾ ਜੀ ਨਿਰਮਲ ਪੁੜੀਆ ਵੱਲੋਂ ਉਹਨਾਂ ਵੱਲੋਂ ਵੀ ਸਰਪਾਲ ਗੁਰਿੰਦਰਪਾਲ ਸਿੰਘ ਜੀ ਆਏ ਉਹ ਵੀ ਸਰਪਾਲ ਦੇਣਗੇ। ਐਮ ਐਲ ਏ ਸੰਗਤ ਸਿੰਘ ਜੀ ਉਹ ਦੋ ਮਿੰਟ ਜ਼ਰੂਰ ਆ ਕੇ ਆਪਣੀ ਹਾਜ਼ਰੀ ਲਵਾਂਗੇ। ਸਾਰੇ ਹਮਦਰਦੀ ਤੋਂ ਹੋਰ ਕੋਈ ਵੀ ਕਦੇ ਨਹੀਂ ਹਨ ਕਿ ਅਸੀਂ ਕੋਈ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਹੋਰ ਸ਼ਬਦ ਪ੍ਰਗਟ ਕਰ ਸਕੀਏ। ਸਭੇ ਹੀ ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਬੱਚਿਆਂ ਨੂੰ ਖੁਸ਼ੀਆਂ ਕਿਹੜੇ ਬਖਸ਼ਣ, ਆਪਣੇ ਮਾਤਾ ਪਿਤਾ ਵਾਲੇ ਹੋਣ, ਬੱਚੇ ਆਪਣੇ ਅੰਦਰ ਸੁਣਾਉਂਦੇ ਹਨ। ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਪਰਮੀਤ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਜੀ ਜੋ ਕੁਝ ਦਿਨ ਪਹਿਲੇ ਅਚਾਨਕ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਮ੍ਰਿਤੂ ਹੋ ਗਈ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਗੁਰਘਰ ਦੇ ਵਿੱਚ ਅਸੀਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆ ਗਿਆ। ਗੁਰੂ ਸਾਹਿਬ ਜੀ ਬਾਣੀ ਦੇ ਗ੍ਰਹਿ ਦੇ ਵਿੱਚ ਭੋਗ ਪੈ ਰਹੇ ਨੇ। ਗੁਰਘਰ ਕੀਰਤਨ ਦਾ ਬਾਅਦ ਹੋਇਆ ਹੈ ਪਿਛਲੀ ਵਾਰ ਉਹਨੂੰ ਗੁਰੂ ਮਹਾਰਾਜ ਕੀਰਤਨ ਦਾ ਫਲ ਗੁਰਬਾਣੀ ਦਾ ਫਲ ਬਖਸ਼ਿਸ਼ ਕਰੇ। ਮਨ ਲਕਾਏ ਮਦਲਵਾਏ ਗੁਰਮੁਖ ਚਰਨ ਸੁਹਾਗ ਦਰਗੇ ਚੜਿਆ ਸੱਚੀ ਦਰਗੇ ਜਾਏ ਸੱਚਾ ਪਿੰਡ ਭਰਿਆ ਤਾਂ ਜੋ ਮੇਰੇ ਘਰ ਅਤੇ ਭਰਾਓ ਕਿ ਮਨਜੀਤ ਸਿੰਘ ਜੀ ਇਹਨਾਂ ਦਾ ਜੀਵਨ ਇੱਕ ਬਹੁਤ ਅੱਛਾ ਜੀਵਨ ਜਿਹਨਾਂ ਨੂੰ ਮੈਂ ਕਾਫੀ ਤਕਰੀਬਨ 30 ਸਾਲ ਤੋਂ ਜਾਣਦਾ 30 ਸਾਲ ਦਾ ਲੰਮਾ ਸਮਾਂ ਮੈਂ ਇਸ ਪਰਿਵਾਰ ਦੇ ਨਾਲ ਗੁਜ਼ਾਰਿਆ ਕਿਉਂਕਿ ਮਨਜੀਤ ਸਿੰਘ ਜੀ ਦੇ ਨਾਨਕੇ ਜਿਹੜੇ ਨੇ ਉਹ ਸਾਡੇ ਸ਼ਹਿਰ ਤੋਂ ਨੇ ਅਤੇ ਉਹ ਨਾਨਕੇ ਦਾ ਪਰਿਵਾਰ ਅਤੇ ਸਾਡਾ ਪਰਿਵਾਰ ਜਿਹੜਾ ਪਰਿਵਾਰ ਹੈ ਇਸ ਲਈ ਮੇਰਾ ਉਸ ਇਨਸਾਨ ਨਾਲ ਬਹੁਤ ਹੀ ਅੱਛਾ ਇੱਕ ਰਿਸ਼ਤਾ ਸੀ ਬੜਾ ਪਿਆਰ ਸੀ। ਇੱਕ ਕਾਰੋਬਾਰ ਦੇਖ ਲਓ ਜਾਂ ਰਾਜਨੀਤਿਕ ਤੌਰ 'ਤੇ ਦੇਖ ਲਓ ਜਦੋਂ ਵੀ ਮੇਰੀ ਲੈਕਚਰ ਹੋਣੀ ਸਾਡੇ ਵੀ ਹਰ ਵਾਰ ਇਸ ਆਦਮੀ ਨੂੰ ਉੱਥੇ ਪਹੁੰਚਣਾ ਔਰ ਮੇਰੀ ਹਰ ਪੱਖ ਨੂੰ ਉਹਨੇ ਮਦਦ ਕਰਨੀ ਪਰ ਅਚਾਨਕ ਮੇਰੀ ਮੌਤ ਹੋਈ ਹੈ। ਮੈਂ ਜਿਹੜਾ ਜਿੱਥੇ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪਿਆ ਹੈ ਉਹਨਾਂ ਦੇ ਬੱਚਿਆਂ ਨੂੰ ਪਿਆ ਉਹਨਾਂ ਦੇ ਭਰਾਵਾਂ ਨੂੰ ਪਿਆ ਸਭ ਤੋਂ ਜ਼ਿਆਦਾ ਘਾਟਾ ਮੈਂ ਕਹਾਂਗਾ ਮੈਨੂੰ ਪਿਆ ਹੈ
क्योंकि चंगे इंसान चाचा ने सुनिया तो बाद पता लगता है कि संसार की किनी लोड़ थी, परिवार को किनी लोड़ थी, महिला का सब तो ज़्यादा लोड़ पैनी थी। बेवकती जो मौत होती है बहुत बड़ा नुकसान जोड़ा है वो परिवार का होता है, वो कभी भी पूरा नहीं होता। इसलिए भाई जिन्हें विश्वासा की पूंजी गुरु माले लगा के जाता है उन्हें ही भुगत के जाना है। समय से आओ तो पता लगेगा कि इस संसार की किन्नी घाट जी है, इस परिवार को कही है जी कभी भी पूरी नहीं हो सकती। इसलिए मैं बेनती करता सच्चे पातशाह के चरणों में अरदास बेनती करता कि गुरु महाराज उन्होंने अपने चरणों में करवा देवे। पिछे उन्होंने बच्चों के उन्होंने सारे रिश्तेदार गुरु साथी जिन्हें दोस्त मित्र जी आए आए उन्होंने अंतम अरदास उन्होंने चरणों में गुण भेंट करने वास्ते आए हो तो धन्यवाद भी करता सच्चे पातशाह के चरणों में अरदास बेनती करता कि उन्होंने अपने चरणों में करवा देवे। सारे संतों का बहुत बहुत धन्यवाद। वाहेगुरू जी का खालसा, वाहेगुरू जी की फतह। अंदर के बोलो जी वाहे गुरु।
ਕਿਆ ਕਪੀਆਂ ਜਿਹੜਾ ਨਾਮ ਜਪਿਆ ਵੱਡੇ ਸ਼ਹਿਰ ਗਿਆ ਦੇਖ ਚਲਾਈ ਤੇਲ ਵਾਰੀ ਦੇਹ ਪ੍ਰਗਟ ਕੀਤਾ ਤੇਰਾ ਪਿਆਰਿਆ ਸੰਚਾਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸੁਨਿਆ ਨੇ ਧਰਮ ਹਿਰਤਾ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਪਰੀਆਂ ਤੇ ਚੜੇ ਆਰਿਆਂ ਨਾਲ ਚਿਹਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕਿੱਸਾ ਸਵਾਸਾ ਦਾ ਨਿਭਾਏ ਤੇਰਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਨਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਮ ਕਾ ਸੰਤਾ ਸਭ ਸੁਖ ਹੋਵੇ ਜਾ ਜਾ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਆਜ ਤਾਂ ਦੇਵ ਤਿਗ ਫਤਿਹ ਬਤੁਰੈਨ ਪੰਥ ਕੇ ਦੇਵ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਦੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੀ ਸਥਾਨ ਰਹਿ ਪ੍ਰਦਾਨ ਭਵੇਕ ਦਾਨ ਸਾਦਾਨ ਪ੍ਰਸਾਦਾਨ ਖਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕਿਆਂ ਚੜ੍ਹਦੇ ਲੋਕੇ ਜੁਗਾ ਟਾਲਾ ਧਰਮ ਕਾ ਜੈਕਾਰ ਬੋਲਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪੰਥ ਦਾ ਰੱਖਾ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਨ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਜੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਤੇ ਨਵਾਣਿਆਂ ਦੇ ਵਾਟ ਥਾਣਿਆਂ ਦੇ ਦਾਨ ਜੋਟਿਆਂ ਦੀ ਔਰਤ ਨੇ ਆਸਰਿਆਂ ਦੇ ਆਸਰਾ ਕਰਨ ਧਾਰਨ ਪਤਤ ਪਾਵਨ ਕਿਰਪਾ ਦਾਨ ਵਾਹਿ ਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਹਨ ਰਾਣਾ ਰਾਣਾ ਗੁਰਹਿ ਰੰਗਰੰਤਮੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਫਰੀਦਾ ਦਰਿਆਵੇ ਕੰਨੇ ਬਾਗਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਸਾਂਝਨਾ ਜਿਲ ਤੇ ਬਾਜ ਪੈ ਤਿਸ ਰੱਬ ਦੇ ਕੇਲਾ ਵਿਸਰਿਆ ਜੋ ਮਨ ਚਿੱਤ ਨਾ ਚਿੱਤੇ ਸਨ ਸੋ ਗਾਲੀ ਰੱਬ ਕੀਆ ਇਹ ਨਿਰੰਕਾਰ ਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਿਤਾ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਮਨਮੀਤ ਸਿੰਘ ਜੀ ਅਤੇ ਸਰਦਾਰਨੀ ਹਰਿੰਦਰ ਕੌਰ ਜੀ ਜੋ ਬਖਸ਼ ਆਪ ਜੀ ਦੇ ਭਾਣੇ ਤੇ ਹੁਕਮ ਅਨੁਸਾਰ ਜੋ ਐਕਸੀਡੈਂਟ ਹਾਦਸਾ ਹੋਇਆ ਉਸ ਦੇ ਵਿੱਚ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਕੇ ਇਹ ਮਾਤ ਲੋਕ ਤੋਂ ਕੂਚ ਕਰ ਗਏ ਪਿਤਾ ਜੀ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਪਿਤਾ ਜੀ ਸਰਦਾਰ ਰਾਜਿੰਦਰ ਸਿੰਘ ਜੀ ਉਹਨਾਂ ਦੇ ਭਰਾਤਾ ਜਸਮੀਤ ਸਿੰਘ ਜੀ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਸਮੁੱਚੇ ਪਰਿਵਾਰ ਰਿਸ਼ਤੇਦਾਰ ਸੱਜਣਾ ਮਿੱਤਰਾਂ ਵੱਲੋਂ ਮਿਲ ਕਰਕੇ ਪਾਤਸ਼ਾਹ ਜੀ ਉਹ ਵਿਛੜੀਆਂ ਆਤਮਾ ਦੀ ਸ਼ਾਂਤੀ ਵਾਸਤੇ ਅਤੇ ਉਹਨਾਂ ਦੇ ਜੀਵਨ ਯਾਤਰਾ ਦੌਰਾਨ ਜਾਣੇ ਅਣਜਾਣੇ ਕੋ ਭੁੱਲ ਹੋ ਗਈ ਹੋਵੇ ਉਹਦੀ ਮਾਫੀ ਵਾਸਤੇ ਅਤੇ ਜੋ ਪਰਿਵਾਰ ਨੂੰ ਇਹ ਸਦਮਾ ਦੁਖਾਂਤ ਪਹੁੰਚਿਆ ਹੈ ਉਹਦੀ ਬਰਦਾਸ਼ਤ ਵਾਸਤੇ ਆਪ ਜੀ ਦੇ ਚਰਨ ਪਰਸਨਾ ਆਪਣੇ ਗ੍ਰਹਿ ਵਿਖੇ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪਰਾਰੰਭ ਕਰਕੇ ਗੋਪ ਪਾਇਆ ਉਪਰੰਤ
ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਾਤਸ਼ਾਹੀ ਨਾਵੇਂ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ। ਸਾਡੇ ਦੀਵਾਨ ਵਿਖੇ ਰੱਬੀ ਬਾਣੀ ਦਾ ਕੀਰਤਨ ਅਤੇ ਸਰਦਾਰ ਮਨਮੀਤ ਸਿੰਘ ਜੀ ਅਤੇ ਸਰਦਾਰਨੀ ਹਰਿੰਦਰ ਕੌਰ ਜੀ ਉਹਨਾਂ ਦੇ ਜੀਵਨ ਉੱਤੇ ਵਿਚਾਰਾਂ ਹੋਈਆਂ ਹਨ। ਇੱਥੋਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਅੱਗੇ ਤੋਂ ਸਮਰਤ ਬਖਸ਼ਣੀ, ਪੜੀ ਸ੍ਰੀ ਬਾਣੀ ਧਰਤੀ ਪ੍ਰਵਾਨ ਕਰਨੀ, ਗੁਰਬਾਣੀ ਦਾ ਪਾਲ ਫਲਾ ਦੇਸ਼ ਵਿਛੜੀਆਂ ਹੋਈਆਂ ਆਤਮਾ ਨੂੰ ਬਖਸ਼ਿਸ਼ ਕਰਨਾ, ਵਿਛੜੀਆਂ ਹੋਈਆਂ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਅਤੇ ਸਦੀ ਕਾਲ ਸਤਿਗੁਰੂ ਜੀਓ ਉਹਨਾਂ ਨੂੰ ਆਪਣੇ ਵਿਖੇ ਲੀਨਤਾ ਅਤੇ ਅਭੇਦਤਾ ਕੋਸ਼ਿਸ਼ ਕਰਕੇ ਜਨਮ ਮਰਨ ਤੋਂ ਰਹਿਤ ਕਰਨਾ। ਜੋ ਪਰਿਵਾਰ ਨੂੰ ਸਦਮਾ ਪਹੁੰਚਿਆ ਹੈ, ਦੁਖਾਂਤ ਬਣਿਆ ਹੈ, ਉਹ ਬਰਦਾਸ਼ਤ ਕਰਨ ਦਾ ਆਪ ਜੀ ਨੇ ਬਲ ਬਖਸ਼ਿਸ਼ ਕਰਨਾ। ਸਰਦਾਰਨੀ ਅਤੇ ਸਰਦਾਰ ਜਿੰਦਰ ਸਿੰਘ ਜੀ ਨੂੰ ਰਹਿੰਦੇ ਜੀਵਨ ਤੱਕ ਤੰਦਰੁਸਤੀ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਆਪਣਾ ਨਾਮ ਜਪਣ ਦਾ ਬਲ ਬਖਸ਼ਿਸ਼ ਕਰਨਾ ਅਤੇ ਪਟਪਟੀਆ ਸਮੂਹ ਪਰਿਵਾਰ ਵਿਖੇ ਸੁਖ ਸ਼ਾਂਤੀ ਏਕਤਾ ਸੁਭਾਗ ਚੜ੍ਹਦੀ ਕਲਾ ਅਤੇ ਉਹਨਾਂ ਦੀ ਬੇਟੀ ਅਤੇ ਬੇਟੇ ਨੂੰ ਪਰਿਵਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਮਾਜ ਵਿੱਚ ਸੇਵਾ ਕੀਤੀ, ਉਹਨਾਂ ਦੇ ਪਾਏ ਹੋਏ ਪੁਰਨਿਆਂ ਉੱਤੇ ਚੱਲਣ ਦਾ ਬਲ ਬੁੱਧੀ ਉਤਸ਼ਾਹ ਬਖਸ਼ਿਸ਼ ਕਰਨਾ। ਸਤਿਗੁਰੂ ਜੋ ਵੀ ਗੁਰਸਿੱਖ ਭੈਣ ਭਾਈ ਸੱਜਣ ਮਿੱਤਰ ਰਿਸ਼ਤੇਦਾਰ ਦੂਰ ਦੁਰਾਡਿਆਂ ਚੱਲ ਕਰਕੇ ਇਸ ਸਮਾਗਮ ਵਿੱਚ ਤੇਰੇ ਦਰਬਾਰ ਦੀ ਹਾਜ਼ਰੀ ਮਨ ਕਰਕੇ ਤਨ ਕਰਕੇ ਧਨ ਕਰਕੇ ਭਰ ਰਹੇ ਹਨ, ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨੀ, ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸਾਰਿਆਂ ਦੇ ਪਰਿਵਾਰੀ ਸੁੱਖ ਸ਼ਾਂਤੀ ਨਾਮ ਦੀ ਦਾਤ ਅਤੇ ਹਰ ਪ੍ਰਕਾਰ ਸਹਿਤ ਦਾ ਕਰਕੇ ਸਾਰਿਆਂ ਨੂੰ ਕਰਤਾਰਥ ਕਰਨਾ। ਸਤਿਗੁਰੂ ਦਰਤਿਆਈ ਸਾਧ ਸੰਗਤ ਵਾਸਤੇ ਪਰਿਵਾਰ ਵੱਲੋਂ ਲੰਗਰ ਤਿਆਰ ਕਰਕੇ ਹਾਜ਼ਰ ਕੀਤਾ ਹੈ, ਦਰ ਪ੍ਰਵਾਨ ਕਰਨਾ। ਜਿਹਨਾਂ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਇਹ ਲੰਗਰ ਤਿਆਰ ਹੋਏ ਹਨ, ਸਹੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਸਿੱਖ ਪਰਿਵਾਰ ਨੂੰ ਗੁਰਤ ਕਮਾਈਆਂ ਵਿੱਚ ਵਾਧੇ, ਕਾਰੋਬਾਰੀ ਉਨਤੀਆਂ ਬੁਲੰਦੀਆਂ ਤਰੱਕੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਗਰੀਬ ਰਾਜ ਪਿਤਾ ਜੀਓ ਇਸ ਸਰਦਾਰ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੀ ਅਰਦਾਸ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ, ਪ੍ਰਾਣ ਪ੍ਰਸ਼ਾਦ ਦੀ ਦੀਰ ਹਾਜ਼ਰ ਹੈ, ਤਨ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ ਸੰਤ ਹੋਵੇ ਨਾਮ ਚਿੰਤਿਆ ਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਵੰਦ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇਗਾ ਬਚੇ ਸ਼ਰਨ ਜੋ ਹੋਏ ਚਿੰਤਾ ਨਾ ਹੈ ਕਾਤੇ ਸੇ ਨਿਕਲੇ
Thank you.